ਰਾਜਿੰਦਰ ਸਿੰਘ ਜੀ ਤੇ ਸਾਰੇ ਦੀ ਲੀਡਰਸ਼ਿਪ ਤੇ ਵਰਕਰ ਸਾਹਿਬਾਨ ਦਾ ਮੈਂ ਇੱਥੇ ਪਹੁੰਚਣ ਤੇ ਯੂਥ ਕਾਂਗਰਸ ਵੱਲੋਂ ਜਿਸ ਨੂੰ ਕਾਂਗਰਸ ਪਾਰਟੀ ਵੱਲੋਂ ਜੀ ਆਇਆ ਕਹਿੰਦਾ ਬੜੀ ਹੀ ਖੁਸ਼ੀ ਦੀ ਗੱਲ ਹੈ। 75ਵਾਂ ਆਜ਼ਾਦੀ ਦਿਵਸ ਬੜੇ ਹੀ ਹਰਸ਼ ਉਲਾਸ ਦੇ ਨਾਲ ਇੱਥੇ ਉਵੇਂ ਹੀ ਮਨਾਇਆ ਜਾ ਰਿਹਾ ਹੈ ਜਿਵੇਂ ਆਤੰਕਵਾਦ ਦੇ ਟਾਈਮ ਦੇ ਵਿੱਚ ਮਨਾਇਆ ਜਾਂਦਾ ਸੀ। ਇਹ ਆਜ਼ਾਦੀ ਮਹੋਤਸਵ ਅੰਮ੍ਰਿਤ ਮਹੋਤਸਵ ਦੇ ਵਿੱਚ ਮਨਾਇਆ ਜਾ ਰਿਹਾ ਹੈ, ਅੰਮ੍ਰਿਤ ਮਹੋਤਸਵ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ। ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਨਗਰਪਾਲਿਕਾ ਦੇ ਪ੍ਰਧਾਨ ਅਸ਼ਵਨੀ ਗੁਪਤਾ ਜੀ ਨੇ ਇਸ ਲੜੀ ਨੂੰ ਜਾਰੀ ਰੱਖਿਆ। ਇਸ ਲੜੀ ਨੂੰ ਜਾਰੀ ਰੱਖਦੇ ਹੋਏ ਇੱਥੇ ਉਸੇ ਹਰਸ਼ੋਲਾਸ ਦੇ ਨਾਲ ਅੱਜ ਫੇਰ ਇਹਨੂੰ ਮਨਾ ਰਹੇ ਨੇ। ਗੱਲ ਕਰਦੇ ਹਾਂ ਘਰ ਘਰ ਤਿਰੰਗਾ ਦੀ, ਹਰ ਘਰ ਤਿਰੰਗਾ ਜੋ ਜੋ ਮੋਦੀ ਜੀ ਕਹਿ ਰਿਹਾ ਉਹ ਸਾਰਾ ਕੁਝ ਭਾਰਤ ਵਾਸੀ ਕਰ ਰਿਹਾ। ਦੀਪ ਜਲਾਓ, ਥਾਲੀ ਖੜਕਾਓ, ਝੰਡਾ ਲਹਿਰਾਓ, ਸਾਰੇ ਦੇਸ਼ ਵਾਸੀਆਂ ਨੇ ਕੀਤਾ। ਪਰ ਹੁਣ ਇੰਨੀਆਂ ਗੱਲਾਂ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਸਾਰੇ ਹੀ ਭਾਰਤ ਵਾਸੀਆਂ ਨੇ ਮੰਨੀਆਂ ਤੇ ਹੁਣ ਮੋਦੀ ਜੀ ਨੂੰ ਵੀ ਭਾਰਤ ਵਾਸੀਆਂ ਦੀ ਗੱਲ ਮੰਨਣੀ ਚਾਹੀਦੀ ਹੈ। ਉਹਨਾਂ ਦੀ ਗੱਲ ਹੈ ਬੇਰੁਜ਼ਗਾਰੀ ਹਟਾਓ, ਮਹਿੰਗਾਈ ਹਟਾਓ ਤੇ ਲੋਕਤੰਤਰ ਬਚਾਓ। ਈਡੀ ਨੂੰ ਇਹਨਾਂ ਨੇ ਕੀੜੀ ਬਣਾ ਰੱਖਿਆ ਹੈ, ਜਿੱਥੇ ਜੀ ਕਰਦਾ ਉੱਥੇ ਭੇਜ ਦਿੰਦੇ ਹੈ। ਅੰਜਨਾਮ ਕਸ਼ਯਪ ਜੋ ਨਿਊਜ਼ ਚੈਨਲ ਤੇ ਬੈਠਦੇ ਹੈ ਉਹਨਾਂ ਦੇ ਮੂੰਹ ਚੋਂ ਨਿਕਲ ਗਿਆ, ਉਹ ਕਹਿੰਦੇ ਸੱਚ ਜ਼ਬਾਨ ਤੇ ਆਈ ਜਾਂਦਾ ਹੈ। ਉਹਨਾਂ ਨੇ ਕਹਿ ਦਿੱਤਾ ਕਹਿੰਦੇ ਈਡੀ ਨੂੰ ਸਿਰਫ ਕਾਂਗਰਸ ਦੇ ਹੀ ਬੰਦੇ ਦਿਖ ਰਹੇ ਹੈ, ਚਾਹੇ ਉਹ ਕਿਸੇ ਵੀ ਸਟੇਟ ਦੇ ਵਿੱਚ ਹੋਣ, ਬੀਜੇਪੀ ਦੇ ਬੰਦੇ ਨਹੀਂ ਦਿਖ ਰਹੇ। ਕੀ ਬੀਜੇਪੀ ਦੇ ਬੰਦੇ ਇੰਨੇ ਹੀ ਦੁੱਧ ਤੋਲੇ ਹੋਏ ਹੈ? ਐਮਐਲਏ ਸਾਹਿਬ ਅੱਜ ਮੈਂ ਤੁਹਾਨੂੰ ਇਹ ਯਾਦ ਦਵਾ ਦੇਣਾ ਚਾਹੁੰਦਾ ਕਿ ਅੱਜ ਉਹ ਸਾਰੇ ਕਾਂਗਰਸੀ ਇੱਥੇ ਪਹੁੰਚੇ ਹੈ, ਇੱਥੇ ਵਿਰਾਜਮਾਨ ਹੈ, ਜਿਹੜੇ ਕਿਸੇ ਨਾ ਕਿਸੇ ਗੱਲ ਕਰਕੇ ਨਕਾਬਪੋਸ਼ ਬੰਦਿਆਂ ਦੇ ਪਿੱਛੇ ਰਹਿ ਗਏ। ਉਹ ਬੰਦਿਆਂ ਨੇ ਆਪਾਂ ਨੂੰ ਧੋਖਾ ਦਿੱਤਾ, ਮਖੋਟਾ ਪਾ ਕੇ ਅੱਗੇ ਆ ਕੇ ਬਰਾਦਰੀਆਂ ਦੇ ਸਰਮੋਰ ਬਣ ਕੇ ਕਰੋੜਾਂ ਰੁਪਈਏ ਏਕੜਾਂ ਜ਼ਮੀਨ ਸਾਡੇ ਤੋਂ ਲੈ ਗਏ, ਪਰ ਅੱਜ ਉਹ ਲੱਭਿਆ ਨਹੀਂ ਲੱਭਦੇ। ਜੇ ਕਿਤੇ ਅੱਜ ਆਪਣੀ ਪਾਰਟੀ ਦੀ ਲੀਡਰਸ਼ਿਪ ਨੇ ਪਵਨ ਕੁਮਾਰ ਪੰਨੀ ਨੂੰ ਟਿਕਟ ਦਿੱਤਾ ਹੁੰਦਾ, ਦੇਸ ਰਾਜ ਦੇ ਸਪੁੱਤਰ ਕਰਮੇ ਨੂੰ ਟਿਕਟ ਦਿੱਤਾ ਹੁੰਦਾ, ਮਹਿੰਦਰ ਚਾਵਲਾ ਜੀ ਨੂੰ ਟਿਕਟ ਦਿੱਤਾ ਹੁੰਦਾ, ਲੱਡੂ ਭੱਲਾ ਜੀ ਨੂੰ ਟਿਕਟ ਦਿੱਤਾ ਹੁੰਦਾ, ਤਾਂ ਅੱਜ ਕੋਈ ਬੰਦਾ ਲੱਭਣਾ ਨਹੀਂ ਪੈਂਦਾ। ਅਸੀਂ ਹੀਰਾ ਜੈਨ ਜੀ ਨੂੰ ਦੇਖਦੇ ਕਿ ਯੂਥ ਕਾਂਗਰਸ ਦੇ ਵਿੱਚ ਆਏ ਹੈ। ਅੱਜ ਉਹ ਹੀਰਾ ਜੈਨ ਜੀ ਕਿਤੇ ਨਾ ਕਿਤੇ ਮਾਯੂਸੀ ਚ ਨੇ, ਫਿਰ ਵੀ ਕੁਛ ਨਾ ਮਿਲਣ ਦੇ ਬਾਵਜੂਦ ਅੱਜ ਪਾਰਟੀ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤਕੜਾ ਹੋਣਾ ਪਏਗਾ ਤੇ ਵਰਕਰ ਨੂੰ ਤਕੜਾ ਕਰਨਾ ਪਏਗਾ। ਅਲਫੈਂਸੋ ਅੰਬ ਵਾਲੇ ਤਾਂ ਕਿਤੇ ਲੱਭ ਨਹੀਂ ਰਹੇ ਹੈਗੇ। ਉਹਨਾਂ ਨੂੰ ਪੁੱਛੋ ਭਾਈ ਪਿਛਲੇ ਸਾਲ ਗਰਮੀਆਂ ਦੇ ਸੀਜ਼ਨ 'ਚ ਅੰਬ ਆਏ ਸੀਗੇ, ਐਤਕੀ ਤਾਂ ਅੰਬ ਆਏ ਨਹੀਂ ਹੈਗੇ। ਯੂਥ ਕਾਂਗਰਸ ਵਾਲੇ ਨੇ ਅੰਬ ਖਾਣੇ ਬੰਦ ਕਰਤੇ ਜਾਂ ਸੀਨੀਅਰ ਕਾਂਗਰਸ ਕਮੇਟੀ ਨੇ ਅੰਬ ਖਾਣੇ ਬੰਦ ਕਰਤੇ। ਅੱਜ ਵੀ ਉਹ ਇੱਥੇ ਕੇਲੇ ਵੰਡ ਸਕਦੇ ਸੀਗੇ। ਕਿੰਨੇ ਸਾਡੇ ਕਾਂਗਰਸ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਸਾਰੀ ਇੱਥੇ ਬੈਠੀ ਹੈ। ਅੱਜ ਕੀ ਗੱਲ, ਅੱਜ ਇਹਨਾਂ ਨੂੰ ਕੇਲੇ ਨਹੀਂ ਵੰਡ ਸਕਦੇ ਆਪਾਂ? ਪਹਿਲਾਂ ਸਰਕਾਰ ਹੁੰਦੇ ਆ 5 ਸਾਲ, ਉਹਨਾਂ ਨੇ ਕਦੇ ਕੇਲੇ ਕਦੇ ਅੰਬ, ਤੋਤਾ ਪਰੀ ਨੂੰ ਕਹਿ ਕੇ ਅਲਫੈਂਸੋ ਅੰਬ, ਉਹਦੇ ਕਿੱਲੀ ਦੱਬੀ ਗਏ। ਐਮਐਲਏ ਸਾਹਿਬ ਸਾਡਾ ਜਿਹੜਾ ਵਰਕਰ ਹੈ ਇਹ ਮਛਲੀ ਵਾਂਗੂ ਹੈ, ਇਹ ਮਛਲੀ ਵਾਂਗੂ ਧਾਰਾ ਦੇ ਉਲਟ ਵਹਿਣਾ ਜਾਣਦਾ, ਤੈਰਨਾ ਜਾਣਦਾ, ਪਰ ਸੋਚ ਹੈ ਜੇ ਮੱਛੀ ਮਰ ਗਈ ਤਾਂ ਫਿਰ ਇਹ ਜਿੱਧਰ ਨੂੰ ਪਾਣੀ ਨੇ ਰੁੜਨਾ ਫਿਰ ਇਹ ਰੁੜੂਗਾ, ਤੈਰੂਗਾ ਨਹੀਂ। ਮੇਰੀ ਬੇਨਤੀ ਹੈ ਆਪਾਂ ਵਰਕਰ ਸਾਹਿਬਾਨ ਦਾ ਮਾਣ ਵਧਾਈਏ ਤੇ ਉਹਨਾਂ ਦੇ ਨਾਲ ਖੜੀਏ। ਵਰਕਰ ਅੱਜ ਵੀ ਤੁਹਾਡੇ ਨਾਲ ਖੜਾ ਤੇ ਕੱਲ੍ਹ ਵੀ ਤੁਹਾਡੇ ਨਾਲ ਖੜੇਗਾ। ਧੰਨਵਾਦ।